ਹੈਲੋ ਦੋਸਤੋ ਕੀ ਹਾਲ ਚਾਲ ਹੈ ਉਮੀਦ ਕਰਦਾ ਸਭ ਵਧੀਆ ਹੋਵੋਗੇ ਅੱਜ ਦੀ ਵੀਡੀਓ ਉਹ ਵੀ ਤਾਂ ਲਈ ਹੈ ਜੋ ਵੀਰ ਸ਼ੈਨਗਨ ਜਾਣਾ ਚਾਹੁੰਦੇ ਨੇ ਘੱਟ ਪੈਸਿਆਂ ਦੇ ਵਿੱਚ ਹਾਂਜੀ ਸਹੀ ਸੁਣ ਰਹੇ ਹੋ ਤੁਸੀਂ ਘੱਟ ਪੈਸੇ ਦੇ ਵਿੱਚ ਸ਼ੈਨਗਨ ਐਂਟਰ ਹੋਣ ਦਾ ਇੱਕ ਨੰਬਰ ਵਿੱਚ ਜੋ ਤਰੀਕਾ ਹੈ ਨਾ ਉਹ ਹੈ ਕ੍ਰੋਸ਼ੀਆ ਵਰਕ ਪਰਮਿਟ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੋਣਾ ਕ੍ਰੋਸ਼ੀਆ ਵਰਕ ਪਰਮਿਟ ਪਰ ਅਸ ਤੋਂ ਸਾਲ ਲਾ ਲੋ ਜਾਂ 6 ਮਹੀਨੇ ਜਾਂ ਜਦੋਂ ਦਾ ਕਰੋਨਾ ਚੱਲ ਰਿਹਾ ਸੀ ਉਦੋਂ ਥੋੜਾ ਬਹੁਤ ਹੀ ਰਿਜ਼ਲਟ ਜਿਹੀ ਮਾੜਾ ਸੀ ਦੋਸਤੋ ਕ੍ਰੋਸ਼ੀਆ ਵਰਕ ਪਰਮਿਟ ਦਾ ਤਿੰਨ ਤਿੰਨ ਮਹੀਨੇ ਪ੍ਰੋਸੈਸਿੰਗ ਟਾਈਮ ਸੀ ਤੇ ਉਸ ਤੋਂ ਬਾਅਦ ਵੀ ਵੀਜ਼ਾ ਨਹੀਂ ਮਿਲਦਾ ਸੀ ਬਹੁਤ ਸਾਰੇ ਲੋਕ ਨਰਾਸ਼ ਹੋ ਜਾਂਦੇ ਸੀ ਪਰ ਜੋ ਅੱਜ ਦਾ ਟਾਈਮ ਹੈ ਦੋਸਤੋ ਅਗਰ ਤੁਹਾਡੇ ਕੋਲ ਪੀਸੀਸੀ ਹੈ ਜਾਂ ਫਿਰ ਪੀਸੀ ਤੁਸੀਂ ਅਪਲਾਈ ਕਰਕੇ ਜਦੋਂ ਮੈਨੂੰ ਤੁਸੀਂ ਸਾਰੇ ਡਾਕੂਮੈਂਟ ਦੋਗੇ ਪੀਸੀਸੀ ਵਗੈਰਾ ਖਾਸ ਕਰ ਤੇ ਉਸ ਤੋਂ 15 ਤੋਂ 20 ਦਿਨਾਂ ਦੇ ਵਿੱਚ ਮੈਂ ਤੁਹਾਡੀ ਬਾਇਓਮੈਟ੍ਰਿਕ ਕਰਵਾ ਦਾਂਗਾ ਜਦੋਂ ਬਾਇਓਮੈਟ੍ਰਿਕ ਹੋ ਜਾਂਦੀ ਹੈ ਉਸ ਤੋਂ ਬਾਅਦ 10 ਤੋਂ 15 ਦਿਨਾਂ ਦੇ ਵਿੱਚ ਐਮਬੈਸੀ ਵੀਜ਼ਾ ਪ੍ਰਿੰਟ ਕਰਕੇ ਤੁਹਾਨੂੰ ਦੇ ਦੇਗੀ ਮਤਲਬ ਕਿ ਪ੍ਰੋਸੈਸਿੰਗ ਟਾਈਮ ਜੋ ਲਗਾ ਕੇ ਚੱਲੀਏ 1 ਮਹੀਨਾ ਜਾਂ ਸਵਾ ਮਹੀਨੇ ਦੇ ਵਿੱਚ ਤੁਸੀਂ ਇਹ ਸਭ ਫਲਾਈ ਕਰ ਦਿਓਗੇ ਅਗਰ ਤੁਸੀਂ ਮੈਨੂੰ ਪੀਸੀਸੀ ਦਿਨੇ ਹੋ ਦੋਸਤੋ ਮੇਨ ਜੋ ਟਾਈਮ ਹੈ ਪੀਸੀਸੀ ਵਿੱਚ ਲੱਗਦਾ ਜੋ ਕਿ 10 ਤੋਂ 15 ਦਿਨਾਂ ਦੇ ਵਿੱਚ ਪੀਸੀਸੀ ਨਾਰਮਲ ਬਣ ਜਾਂਦੀ ਹੈ ਬਣਵਾਉਣ ਵਾਲੇ ਤਾਂ 7 ਦਿਨਾਂ ਦੇ ਵਿੱਚ ਵੀ ਪੀਸੀ ਤੇ ਦੋਸਤੋ ਮਤਲਬ ਕਿ ਮਹੀਨਾ ਸਵਾ ਮਹੀਨਾ ਜਾਂ ਡੇਢ ਮਹੀਨੇ ਦੇ ਵਿੱਚ ਤੁਸੀਂ ਇੱਥੇ ਫਲਾਈ ਕਰ ਜਾਓਗੇ ਕੁਰੀਸ਼ੀਆ ਦਾ ਇੰਨਾ ਪ੍ਰੋਸੈਸਿੰਗ ਟਾਈਮ ਇੰਨਾ ਰਿਜ਼ਲਟ ਸੋਹਣਾ ਮਿਲ ਰਿਹਾ ਛੋਟ ਛੋਟ ਵੀਜ਼ਾ ਇਹਦੇ ਵਿੱਚ ਕੋਈ ਲਾਰੇ ਵਾਲੀ ਗੱਲ ਨਹੀਂ ਤੇ ਕੋਈ ਐਡਵਾਂਸ ਪੇਮੈਂਟ ਨਹੀਂ ਹੈ ਸਾਰੀ ਪੇਮੈਂਟ ਹੈ ਆਫਟਰ ਵੀਜ਼ਾ ਤੇ ਡਾਕੂਮੈਂਟ ਵੀ ਬਹੁਤ ਘੱਟ ਹੈ ਤੇ 22 ਤੋਂ 40 ਸਾਲ ਦੇ ਵਿੱਚ ਵਿੱਚ ਵਾਲੇ ਇਹ ਅਪਲਾਈ ਕਰ ਸਕਦੇ ਨੇ ਇਹਦੇ ਵਿੱਚ ਤੁਹਾਨੂੰ ਮੈਂ ਦੱਸ ਹੀ ਚੁੱਕਿਆ ਵੀ ਜੋ ਹੈ ਫੂਡ ਪੈਕਿੰਗ ਹੈ ਕਿਚਨ ਹੈਲਪਰ ਦੇ ਤੌਰ ਤੇ ਤੁਸੀਂ ਜਾਓਗੇ ਜੋ ਸੈਲਰੀ ਹੈ 500 ਤੋਂ 600 ਯੂਰੋ ਦੇ ਵਿੱਚ ਵਿੱਚ ਸੈਲਰੀ ਹੋਏਗੀ ਦੋਸਤੋ ਤੇ ਛੋਟ ਛੋਟ ਕੰਮ ਹੋਏਗਾ ਕੋਈ ਲਾਰੇਵਾਜੀ ਵਾਲਾ ਕੰਮ ਨਹੀਂ ਹੈ ਸਾਰੀ ਪੇਮੈਂਟ ਆਫਟਰ ਵੀਜ਼ਾ ਜਦੋਂ ਵੀਜ਼ਾ ਸਟੈਂਪੋ ਕੇ ਆ ਜਾਏਗਾ ਉਸ ਤੋਂ ਬਾਅਦ ਤੁਸੀਂ 1 2 ਦਿਨ 3 ਦਿਨ ਵੀ ਲੈ ਸਕਦੇ ਹੋ ਆਪਣਾ ਵੀਜ਼ਾ ਜਿਵੇਂ ਮਰਜ਼ੀ ਚੈੱਕ ਕਰੋ ਆਨਲਾਈਨ ਚੈੱਕ ਕਰੋ ਜਾਂ ਕਿਵੇਂ ਵੀ ਜੇ ਸਾਡਾ ਮਨ ਨੂੰ ਤਸੱਲੀ ਹੋਣੀ ਚਾਹੀਦੀ ਹੈ ਚੈੱਕ ਕਰਨ ਤੋਂ ਬਾਅਦ ਦੋਸਤੋ ਪ ਤੇ ਹੋਰ ਵੀ ਅਗਰ ਸ਼ੋਰਟੀ ਤੁਹਾਨੂੰ ਚਾਹੀਦੀ ਹੋਵੇਗੀ ਵੀ ਇਹ ਨਹੀਂ ਅਸੀਂ ਪੇਮੈਂਟ ਵਿਜ਼ਾ ਤੋਂ ਬਾਅਦ ਨਹੀਂ ਅਸੀਂ ਰੀਚ ਤੇ ਦਵਾਂਗੇ ਉੱਥੇ ਪਹੁੰਚ ਕੇ ਦਵਾਂਗੇ ਅਸੀਂ ਉਹ ਸੈਟਿੰਗ ਵੀ ਕਰ ਲੈਣੇ ਆ ਦੋਸਤੋ ਇਹਦੇ ਵਿੱਚ ਵੀ ਕੋਈ ਦਿੱਕਤ ਨਹੀਂ ਹੈ ਹਾਂ ਅਗਰ ਤੁਸੀਂ ਜਾਣਨਾ ਚਾਹੁੰਦੇ ਹੋ ਤਾਂ ਮੈਨੇ ਇੰਸਟਾਗ੍ਰam ਆਈਡੀ ਤੇ ਮੈਸੇਜ ਕਰੋ ਤਦ ਤੱਕ ਮਿਲਦੇ ਆ ਇੱਕ ਨਵੀਂ ਵੀਡੀਓ ਨਾਲ ਬਾਏ ਬਾਏ ਟੇਕ ਕੇਅਰ